हेलो एवरीवन टुडे आई शेयर अ ऑल क्वेश्चंस ऑफ एमएससी होम साइंस फूड एंड न्यूट्रिशन थर्ड सेमेस्टर पंजाबी यूनिवर्सिटी चंडीगढ़ 2022 सो कंप्लीट क्वेश्चन पेपर ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣਗੇ ਸਾਰੇ ਹੀ ਮਿਲ ਜਾਣਗੇ ਇਸੇ ਵੀਡੀਓ ਦੇ ਵਿੱਚ ਹੀ ਸੋ ਕੰਪਲੀਟ ਵੀਡੀਓ ਨੂੰ ਤੁਸੀਂ ਜ਼ਰੂਰ ਦੇਖਣਾ ਤੇ ਨਾਲ ਦੀ ਨਾਲ ਤੁਸੀਂ ਆਪਣਾ ਨੋਟ ਕਰਦੇ ਜਾਣਾ ਸੋ ਹਰ ਇੱਕ ਜੋ ਤੁਹਾਡਾ ਸਬਜੈਕਟ ਹੁੰਦਾ ਹੈ ਐਮ ਐਸ ਸੀ ਹੋਮ ਸਾਇੰਸ ਦੇ ਵਿੱਚ ਹਰ ਇੱਕ ਸਬਜੈਕਟ ਦਾ ਤੁਹਾਨੂੰ ਪੇਪਰ ਜੋ ਮਿਲ ਜਾਵੇਗਾ ਲਾਸਟ ਟਾਈਮ ਦੇ ਵਿੱਚ ਜੋ ਐਗਜ਼ਾਮ ਹੋਇਆ ਸੀਗਾ ਇਹ ਕੁਐਸਚਨ ਪੇਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੁਐਸਚਨ ਪੇਪਰ ਨੇ 2022 ਦੇ ਜੋ ਲਾਸਟ ਟਾਈਮ ਦੇ ਵਿੱਚ ਐਗਜ਼ਾਮ ਹੋਇਆ ਸੀ 3rd ਸੈਮੈਸਟਰ ਦੇ ਜੋ ਸਟੂਡੈਂਟਸ ਨੇ ਹੋਮ ਸਾਇੰਸ ਦੇ ਐਮ ਐਸ ਸੀ ਹੋਮ ਸਾਇੰਸ ਦੇ ਉਹਨਾਂ ਦੇ ਲਈ ਬਹੁਤ ਹੀ ਹੈਲਪਫੁਲ ਰਹੇਗੀ ਇਹ ਵੀਡੀਓ ਸੋ ਵੀਡੀਓ ਨੂੰ ਕੰਪਲੀਟ ਦੇਖੋ ਤੁਹਾਨੂੰ ਸਾਰੇ ਕੁਐਸਚਨ ਪੇਪਰ ਇਸੇ ਵੀਡੀਓ ਦੇ ਵਿੱਚ ਮਿਲ ਜਾਣਗੇ ਸੋ ਮੈਂ ਇੱਕ ਇੱਕ ਕਰਕੇ ਤੁਹਾਡੇ ਨਾਲ ਕੁਐਸਚਨ ਪੇਪਰ ਸ਼ੇਅਰ ਕਰਾਂਗੀ ਟੁਹਾਡੇ ਤੁਹਾਡਾ ਜੋ ਇਹ ਐਗਜ਼ਾਮ ਹੈ ਫਰਸਟ ਹੈ ਇਨ ਦਾ ਨੇਮ ਹੈਗਾ ਜੀ ਫੂਡ ਮਾਈਕਰੋਬਾਇਓਲੋਜੀ ਐਂਡ ਕੁਆਲਿਟੀ ਕੰਟਰੋਲ ਸੋ ਇਹ ਵਲਾ ਤੁਹਾਡਾ ਪੇਪਰ 1 ਹੁੰਦਾ ਹੈ ਇਹਦੇ ਜੋ ਮਾਰਕਸ ਹੈ 90 ਮਾਰਕਸ ਦਾ ਹੁੰਦਾ ਹੈ ਐਗਜ਼ਾਮ 3 ਆਵਰਜ਼ ਹੁੰਦੇ ਆ ਤੁਹਾਡੇ ਕੋਲ ਇਸ ਐਗਜ਼ਾਮ ਨੂੰ ਕੰਪਲੀਟ ਕਰਨ ਦੇ ਲਈ ਨੋਟ ਇਹਨਾਂ ਨੇ ਲਿਖਿਆ ਜੀ ਅਟੈਂਪਟ 5 ਕੁਐਸਚਨਸ ਇਨ 올 ਇਨਕਲੂਡਿੰਗ ਕੁਐਸਚਨ ਨੰਬਰ 1 ਵਿਚ ਇਜ਼ ਕੰਪਲਸਰੀ ਐਂਡ ਸਿਲੈਕਟਿੰਗ 1 ਕੁਐਸਚਨ fromParams ਈਚ ਯੂਨਿਟ ਟੋਟਲ ਤੁਸੀ 5 ਕੁਐਸਚਨ ਦੇ ਆਨਸਰ ਦੇਣੇ ਹੁੰਦੇ ਆ ਕੁਐਸਚਨ ਨੰਬਰ 1 ਤੁਹਾਡੇ ਲਈ ਕੰਪਲਸਰੀ ਹੁੰਦਾ ਤੇ ਉਸ ਤੋਂ ਇਲਾਵਾ ਜਿੰਨੇ ਵੀ ਯੂਨਿਟ ਹੁੰਦੇ ਨੇ ਉਹਨਾਂ ਦੇ ਵਿੱਚ 2-2 ਕੁਐਸਚਨ ਤੁਹਾਨੂੰ ਪੁੱਛੇ ਜਾਂਦੇ ਨੇ ਤੇ ਕਿਸੇ ਇੱਕ ਕੁਐਸਚਨ ਦਾ ਤੁਸੀ ਆਨਸਰ ਦੇਣਾ ਹੁੰਦਾ ਏ ਸੋ ਹੁਣ ਮੈਂ ਸ਼ੇਅਰ ਕਰਨ ਜਾ ਰਹੀਆਂ ਤੁਹਾਡਾ ਫਰਸਟ ਕੁਐਸਚਨ ਪੇਪਰ ਬਟ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਰਿਕਵੈਸਟ ਹੈ ਜੀ ਤੁਹਾਡੇ ਅੱਗੇ ਤੁਹਾਡੇ ਜੋ WhatsApp ਗਰੁੱਪਸ ਬਣੇ ਹੁੰਦੇ ਨੇ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਉਹਨਾਂ ਦੇ ਨਾਲ ਇਸ ਵੀਡੀਓ ਦਾ ਲਿੰਕ ਸ਼ੇਅਰ ਕਰੋ ਤਾਂ ਜੋ ਉਹਨਾਂ ਤੱਕ ਵੀ ਕੁਐਸਚਨ ਪੇਪਰ ਤੇ ਵੀਡੀਓ ਪਹੁੰਚ ਸਕੇ ਤੇ ਮੈਨੂੰ ਮੋਟੀਵੇਸ਼ਨ ਮਿਲ ਸਕੇ ਤੇ ਮੈਂ ਹੋਰ ਵੀ ਐਮ ਐਸ ਸੀ ਹੋਮ ਸਾਇੰਸ ਦੇ ਨਾਲ ਸੰਬੰਧਿਤ ਕੁਐਸਚਨ ਪੇਪਰ ਤੁਹਾਡੇ ਲਈ ਅਪਲੋਡ ਕਰ ਸਕਾਂ ਸੋ ਫਰਸਟ ਆਗੇ ਜੀ ਤੁਹਾਡਾ ਕੁਐਸਚਨ ਨੰਬਰ 1 ਕੁਐਸਚਨ ਨੰਬਰ 1 ਮੈਂ ਤੁਹਾਨੂੰ ਕੰਪਲੀਟ ਸ਼ੋ ਕਰਵਾ ਰਹੀ ਹਾਂ ਲਿਖਿਆ ਜੀ ਇਹਨਾਂ ਨੇ ਅਨਸਰ ਐਨੀ 9 ਆਫ ਦਾ ਫਾਲੋਇੰਗ ਟੋਟਲ ਜੋ ਇਹਨਾਂ ਨੇ 10 ਕੁਐਸਚਨ ਪੁੱਛੇ ਆ ਤੁਹਾਡਾ ਦਿੱਤੇ ਹੁੰਦੇ ਨੇ ਤੁਹਾਡੇ ਐਗਜ਼ਾਮ ਦੇ ਵਿੱਚ ਲਿਖਿਆ ਇਹਨਾਂ ਨੇ ਅਨਸਰ ਆਣੀ 9 ਆਫ ਦਾ ਫੋਲੋਇੰਗ ਐਨੀ ਤੁਸੀਂ 9 ਕੁਐਸਚਨ ਦੇ ਅਨਸਰ ਦੇਣੇ ਹੁੰਦੇ ਆ 2 ਮਾਰਕਸ ਦਾ ਤੁਹਾਡਾ ਇੱਕ ਅਨਸਰ ਹੁੰਦਾ ਹੈ ਤੇ ਟੋਟਲ ਤੁਸੀਂ 18 ਮਾਰਕਸ ਗੇਨ ਕਰ ਸਕਦੇ ਹੋ ਸੋ 10 ਕੁਐਸਚਨ ਸੀ ਜਿੰਦੇ ਵਿੱਚ 9 ਕੁਐਸਚਨ ਦੇ ਤੁਸੀਂ ਅਨਸਰ ਦੇਣੇ ਆ ਤੇ 2 ਮਾਰਕਸ ਦਾ ਤੁਹਾਡਾ ਇੱਕ ਅਨਸਰ ਹੁੰਦਾ ਹੈ ਤੇ ਟੋਟਲ 18 ਮਾਰਕਸ ਤੁਸੀਂ ਗੇਨ ਕਰ ਸਕਦੇ ਹੋ ਇਹ ਸੀਗਾ ਜੀ ਕੁਐਸਚਨ ਨੰਬਰ 1 ਨੈਕਸਟ ਆ ਗਿਆ ਜੀ ਤੁਹਾਡੇ ਲੌਂਗ ਕੁਐਸਚਨ ਲੌਂਗ ਕੁਐਸਚਨ ਮੈਂ ਸਕਰੀਨ ਤੇ ਸ਼ੋ ਕਰਵਾ ਰਹੀ ਹਾਂ ਯੂਨਿਟ 1 ਤੇ ਯੂਨਿਟ 2 ਤੁਹਾਨੂੰ ਸਕਰੀਨ ਤੇ ਸ਼ੋ ਹੋ ਰਹੇ ਨੇ ਇਹਦੇ ਵਿੱਚ 2 2 ਕੁਐਸਚਨ ਨੇ ਹਰੇਕ ਯੂਨਿਟ ਦੇ ਵਿੱਚ ਤੇ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੁੰਦਾ ਹੈ 8 ਟੀਨ ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਹੈ ਸਕਰੀਨ ਸ਼ਾਟ ਤੁਸੀਂ ਨਾਲ ਦੀ ਨਾਲ ਲੈ ਸਕਦੇ ਹੋ ਯੂਨਿਟ 1 ਤੇ ਯੂਨਿਟ 2 ਹੈ ਜੀ ਲੌਂਗ ਹੈ ਨੈਕਸਟ ਆ ਗਿਆ ਜੀ ਤੁਹਾਡਾ ਯੂਨਿਟ 3 ਤੇ ਯੂਨਿਟ 4 ਇਸ ਦਿਗਾ ਜੀ ਤੁਹਾਡਾ ਫਸਟ ਕੁਐਸਚਨ ਪੇਪਰ ਪੇਪਰ 1 ਤੇ ਨੈਕਸਟ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਤੁਹਾਡਾ ਸੈਕਿੰਡ ਕੁਐਸਚਨ ਪੇਪਰ ਤੁਹਾਡਾ ਸੈਕਿੰਡ ਜੋ ਪੇਪਰ ਹੁੰਦਾ ਉਹਦਾ ਨੇਮ ਹੈ ਜੀ ਕਲੀਨਿਕਲ ਐਂਡ ਥੈਰਾਪੀਟਿਕ న్యూਟ੍ਰੀਸ਼ਨ ਸੈਕਿੰਡ ਸੋ ਇਹ ਵਾਲਾ ਤੁਹਾਡਾ ਕੰਪਲੀਟ ਕੁਐਸਚਨ ਪੇਪਰ ਤੁਹਾਨੂੰ ਮਿਲੇਗਾ ਜੀ ਹੁਣ ਇਸ ਵੀਡੀਓ ਦੇ ਵਿੱਚ ਤੁਹਾਡਾ ਜੋ ਐਗਜ਼ਾਮ ਹੈ ਜੀ ਉਹ 65 ਮਾਰਕਸ ਦਾ ਹੁੰਦਾ ਤੇ 3 ਆਵਰਜ਼ ਹੁੰਦੇ ਆ ਤੁਹਾਡੇ ਕੋਲ ਇਸ ਐਗਜ਼ਾਮ ਨੂੰ ਕੰਪਲੀਟ ਕਰਨ ਤੇ ਲਈ ਨੋਟ ਇਨਾਂ ਨੇ ਲਿਖਿਆ ਜੀ ਅਟੈਂਪਟ 5 ਕੁਐਸਚਨਜ਼ ਇਨ 올 ਇਨਕਲੂਡਿੰਗ ਕੁਐਸਚਨ ਨੰਬਰ 1 ਵਿਚ ਇਜ਼ ਕੰਪਲਸਰੀ ਐਂਡ ਸਿਲੈਕਟਿੰਗ 1 ਕੁਐਸਚਨ ਫਰਮ ਈਚ ਯੂਨਿਟ ਕੁਐਸਚਨ ਨੰਬਰ 1 ਤੁਹਾਡੇ ਲਈ ਕੰਪਲਸਰੀ ਹੈ ਤੇ ਉਸ ਤੋਂ ਇਲਾਵਾ ਜਿੰਨੇ ਵੀ ਯੂਨਿਟ ਹੁੰਦੇ ਨੇ ਉਹਨਾਂ ਦੇ ਵਿੱਚ 2 2 ਕੁਐਸਚਨ ਹੈ ਤੇ ਕਿਸੇ ਇੱਕ ਕੁਐਸਚਨ ਦਾ ਤੁਸੀਂ ਅਨਸਰ ਦੇਣਾ ਹੁੰਦਾ ਸੋ ਫਰਸਟ ਸਟ੍ਰੈਟਜੀ ਤੁਹਾਡੇ ਤੁਹਾਡੇ ਸ਼ਾਰਟ ਕੁਐਸਚਨ ਸੋ ਇਹਨਾਂ ਦੇ ਜੋ A ਐ ਉਹਦਾ 3 ਮਾਰਕਸ ਦਾ B ਵੀ 3 ਮਾਰਕਸ ਦਾ C ਵੀ 3 ਮਾਰਕਸ ਦਾ ਤੇ D ਤੁਹਾਡਾ 4 ਮਾਰਕਸ ਦਾ ਸੋ ਸਕਰੀਨ ਸ਼ਾਟ ਨਾਲ ਦਿਨਾ ਲੈ ਸਕਦੇ ਹੋ ਏ ਜੀ ਸੀਗੇ ਤੁਹਾਡੇ ਸ਼ਾਰਟ ਕੁਐਸਚਨ ਨੈਕਸਟ ਆ ਗਿਆ ਜੀ ਤੁਹਾਡਾ ਯੂਨਿਟ 1 ਤੇ ਯੂਨਿਟ 2 ਤੁਹਾਡੇ ਸਕਰੀਨ ਤੇ ਸ਼ੋ ਹੋ ਰਿਹਾ 2 2 ਕੁਐਸਚਨ ਪੁੱਛੇ ਗਏ ਨੇ ਤੇ ਕਿਸੇ ਇੱਕ ਦਾ ਤੁਸੀਂ ਅਨਸਰ ਦੇਣਾ ਹੁੰਦਾ ਹੈ ਕਿਵਰੀ ਦਾ ਜੋ ਕੁਐਸਚਨ ਹੁੰਦਾ ਹੈ ਉਹ ਸਾਰਾ ਹੀ 13 ਮਾਰਕਸ ਦਾ ਹੁੰਦਾ ਹੈ ਕੈਵਰੀ ਕੁਐਸਚਨ ਨੂੰ ਡਿਵਾਈਡ ਕਰ ਦਿੱਤਾ ਜਾਂਦਾ ਤੇ ਨਾਲ ਮਾਰਕਸ ਨੂੰ ਵੀ ਡਿਵਾਈਡ ਕਰ ਦਿੱਤਾ ਜਾਂਦਾ ਜਿਵੇਂ ਕਿ ਇਹਨਾਂ ਨੇ ਸੈਕਿੰਡ ਨੰਬਰ ਦੇ ਵਿੱਚ ਕੀਤਾ ਹੋਇਆ ਏ ਬੀ ਇਹਨਾਂ ਨੂੰ ਡਿਵਾਈਡ ਕੀਤਾ ਹੋਇਆ ਸੋ ਏ ਆਫ 5 ਮਾਰਕਸ ਦਾ ਬੀ ਆ 8 ਮਾਰਕਸ ਦਾ ਤੁਸੀਂ ਦੋਨੋਂ ਕਰੋਗੇ ਫੇਰ ਹੀ ਤੁਸੀਂ 13 ਮਾਰਕਸ अगेन ਕਰ ਸਕੋਗੇ ਯੂਨਿਟ 1 ਤੇ ਯੂਨਿਟ 2 ਸੀਗਾ ਇਹ ਨੈਕਸਟ ਆ ਗਿਆ ਜੀ ਤੁਹਾਡਾ ਯੂਨਿਟ 3 ਤੇ ਯੂਨਿਟ 4 ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਇਹਦੇ ਯੂਨਿਟ ਦੇ ਵਿੱਚ ਵੀ 2 2 ਕੁਐਸਚਨ ਤੁਹਾਨੂੰ ਪੁੱਛੇ ਜਾਂਦੇ ਨੇ ਤੇ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੈ 13 ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਹੈ ਇਹ ਸੀਗਾ ਜੀ ਤੁਹਾਡਾ ਸੈਕਿੰਡ ਕੁਐਸਚਨ ਪੇਪਰ ਨੈਕਸਟ ਆ ਗਿਆ ਜੀ ਤੁਹਾਡਾ ਕੁਐਸਚਨ ਕੁਐਸਚਨ ਪੇਪਰ 3 3 ਹੈ ਤੁਹਾਡਾ ਕੁਐਸਚਨ ਪੇਪਰ ਲਖਿਆ ਜੀ ਨੇ ਐਮ ਐਸ ਸੀ ਹੋਮ ਸਾਇੰਸ ਕਲੋਥਿੰਗ ਐਂਡ ਟੈਕਸਿ ਟੈਕਸਿਲਸ 3 ਸੈਮੈਸਟਰ ਦਾ ਠੀਕ ਹੈ ਕੁਐਸਚਨ ਪੇਪਰ ਡਾਈੰਗ ਐਂਡ ਫਿਸ਼ਿੰਗ ਦਾ ਸੋ ਇਹ ਕੁਐਸਚਨ ਪੇਪਰ ਦੀ ਗੱਲ ਕਰਾਂ ਤੇ 65 ਮਾਰਕਸ ਦਾ ਹੁੰਦਾ ਤੇ 3 ਆਵਰਸ ਹੁੰਦੇ ਆ ਇਹਨਾਂ ਨੇ ਲਿਖਿਆ ਨੋਟ ਅਟੈਂਪਟ 5 ਕੁਐਸਚਨਸ ਇਨ অর ਇਨਕਲੂਡਿੰਗ ਕੁਐਸਚਨ ਨੰਬਰ 9th ਯੂਨਿਟ 5th ਵਿਚ ਇਜ਼ ਕੰਪਲਸਰੀ ਐਂਡ ਸਿਲੈਕਟਿੰਗ 1 ਕੁਐਸਚਨ ਈਚ ਫ্রম ਯੂਨਿਟ 1 ਟੂ 4 ਕਈ ਵਾਰ ਸ਼ਾਰਟ ਕੁਐਸਚਨ ਸਟਾਰਟਿੰਗ ਦੇ ਵਿੱਚ ਪੁੱਛਲੇ ਜਾਂਦੇ ਨੇ ਕਈ ਵਾਰ ਲਾਸਟ ਦੇ ਵਿੱਚ ਪੁੱਛਲੇ ਜਾਂਦੇ ਨੇ ਸੋ ਤੁਸੀਂ ਜੋ ਤੁਹਾਡਾ ਕੁਐਸਚਨ ਪੇਪਰ ਹੁੰਦਾ ਉਹਨੂੰ ਪਹਿਲਾਂ ਕੇਅਰਫੁਲ ਹੋ ਕੇ ਤੁਸੀਂ ਰੀਡ ਕਰਨਾ ਤੇ ਉਸ ਤੋਂ ਬਾਅਦ ਹੀ ਤੁਸੀਂ ਆਪਣਾ ਐਗਜ਼ਾਮ ਲਿਖਣਾ ਹੈ ਸੋ ਸੇਮ ਹੀ ਆ ਜੀ ਸ਼ਾਰਟ ਕੁਐਸਚਨ ਅਤੇ ਲੌਂਗ ਹੈ ਫਰਸਟ ਮੈਂ ਤੁਹਾਨੂੰ ਤੁਹਾਡੇ ਲੌਂਗ ਕੁਐਸਚਨ ਸ਼ੋ ਕਰਵਾ ਰਹੀ ਹਾਂ ਯੂਨਿਟ 1 ਯੂਨਿਟ 2 ਯੂਨਿਟ 3 ਤੇ ਯੂਨਿਟ 4 ਇੰਨੇ ਵਿੱਚ 2 2 ਕੁਐਸਚਨ ਨੇ ਹਰੇਕ ਦੇ ਵਿੱਚ ਤੇ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੁੰਦਾ ਹੈ 13 ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਹੈ ਇਹ ਸੀਗੇ ਜੀ ਲੌਂਗ ਕੁਐਸਚਨ ਤੁਹਾਡੇ ਫਿਸ਼ਿੰਗ ਵਾਲੇ ਦੇ ਨੈਕਸਟ ਆ ਗਿਆ ਜੀ ਤੁਹਾਡਾ ਯੂਨਿਟ 5th ਇਹ ਆ ਗਿਆ ਜੀ ਤੁਹਾਡੇ ਸ਼ਾਰਟ ਕੁਐਸਚਨ ਐਕਸਪਲੇਨ ਦਾ ਫੋਲੋਇੰਗ 4 ਆ ਫੋਰ ਦੇ 4 ਕਰਨੇ ਤੁਹਾਡੇ ਲਈ ਜ਼ਰੂਰੀ ਨੇ ਕੰਪਲਸਰੀ ਹੈ ਤੁਹਾਡੇ ਲਈ ਨੈਕਸਟ ਆ ਗਿਆ ਜੀ ਤੁਹਾਡਾ ਕੁਐਸਚਨ ਪੇਪਰ ਟੈਕਸਟਾਈਲ ਡਿਜ਼ਾਈਨਿੰਗ ਦਾ ਇਹ ਤੁਹਾਡਾ ਐਗਜ਼ਾਮ 45 ਮਾਰਕਸ ਦਾ ਹੁੰਦਾ ਤੇ 3 ਆਵਰਜ਼ ਹੁੰਦੇ ਆ ਤੁਹਾਡੇ ਕੋਲ ਇਸ ਐਗਜ਼ਾਮ ਨੂੰ ਕੰਪਲੀਟ ਕਰਨ ਦੇ ਲਈ ਪੈਟਰਨ सेम ਹੀ ਆ ਜੀ ਤੁਹਾਡਾ 5% ਦੇ ਅਨਸਰ ਦੇਣੇ ਆ ਕੁਐਸਚਨ ਨੰਬਰ 1 ਤੁਹਾਡੇ ਲਈ ਕੰਪਲਸਰੀ ਹੈ ਤੇ ਉਸ ਤੋਂ ਇਲਾਵਾ ਜਿੰਨੇ ਯੂਨਿਟ ਹੋਣਗੇ ਉਹਨਾਂ ਦੇ ਵਿੱਚ ਇੱਕ ਕੁਐਸਚਨ ਕਰਨਾ ਤੁਹਾਡੇ ਲਈ ਜ਼ਰੂਰੀ ਹੈ ਫਰਸਟ ਆਗੇ ਜੀ ਸ਼ਾਰਟ ਨੋਟਸ ਇਹਦੇ ਵਿੱਚ 4 ਕੁਐਸਚਨ ਹੈ ਤੇ 4 ਹੈ ਇਹ ਸਾਰੇ ਕੰਪਲਸਰੀ 4 ਦੇ 4 ਹੀ ਕਰਨੇ ਤੁਹਾਡੇ ਲਈ ਸੋ ਇਹਨਾਂ ਨੇ ਡਿਵਾਈਡ ਕੀਤਾ ਹੋਇਆ ਨਾਲ ਮਾਰਕਸ ਨੂੰ ਵੀ A 2 ਮਾਰਕਸ ਦਾ B 2 ਮਾਰਕਸ ਦਾ C 2 ਮਾਰਕਸ ਦਾ ਤੇ D 3 ਮਾਰਕਸ ਦਾ ਸੋ ਇਹ ਸੀਗੇ ਸ਼ਾਰਟ ਨੋਟਸ ਤੁਹਾਡੇ ਨੈਕਸਟ ਆਗੇ ਜੀ ਤੁਹਾਡੇ ਲੌਂਗ ਮੈਂ ਕੰਪਲੀਟ ਹੀ ਸ਼ੋ ਕਰਵਾ ਦੂੰਗੀ ਜੀ ਤੁਹਾਨੂੰ ਯੂਨਿਟ 1 ਹੈ ਯੂਨਿਟ 2 ਹੈ ਯੂਨਿਟ 3 ਹੈ ਤੇ ਯੂਨਿਟ 4 ਹੈ ਟੂ ਟੂ ਕੁਐਸਚਨ ਨੇ ਕਿਸੇ ਇੱਕ ਦਾ ਤੁਸੀਂ ਅਨਸਰ ਦੇਣਾ ਹੈ 9 ਮਾਰਕਸ ਦਾ ਤੁਹਾਡਾ ਇੱਕ ਅਨਸਰ ਹੁੰਦਾ ਹੈ ਨੈਕਸਟ ਆ ਗਿਆ ਜੀ ਤੁਹਾਡਾ ਕੁਐਸਚਨ ਪੇਪਰ ਜ਼ਰੂਰ ਸ਼ੇਅਰ ਕਰੋ ਜੀ ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪਸ ਦੇ ਵਿੱਚ ਵੀਡੀਓ ਦਾ ਲਿੰਕ ਨੈਕਸਟ ਆ ਗਿਆ ਜੀ ਤੁਹਾਡਾ ਅ 3ਰਡ ਸੈਮੈਸਟਰ ਦਾ ਜੀ ਪੇਪਰ 3 ਆ ਜੀ ਫੂਡ ਸਰਵਿਸ ਮੈਨੇਜਮੈਂਟ ਦਾ ਤੁਹਾਡਾ ਕੁਐਸਚਨ ਪੇਪਰ 45 ਮਾਰਕਸ ਦਾ ਹੁੰਦਾ ਜੀ ਤੁਹਾਡਾ ਇਹ ਐਗਜ਼ਾਮ 3 ਆਵਰਜ਼ ਹੁੰਦੇ ਆ ਤੁਹਾਡੇ ਕੋਲ ਇਸ ਐਗਜ਼ਾਮ ਨੂੰ ਕੰਪਲੀਟ ਕਰਨ ਦੇ ਲਈ ਲਿਖਿਆ ਨੋਟ ਇਹਨਾਂ ਨੇ ਸੇਮੀ ਹੋਗਾ ਜੀ अटेम्प्ट ਫਾਈਵ ਕੁਐਸਚਨਸ ਇਨ অর ਇਨਕਲੂਡਿੰਗ ਕੁਐਸਚਨ ਨੰਬਰ 1 ਵਿਚ ਇਜ਼ ਕੰਪਲਸਰੀ ਐਂਡ ਸਿਲੈਕਟਿੰਗ 1 ਕੁਐਸਚਨ ਫ্রম ਈਚ ਯੂਨਿਟ ਸੋ ਫਾਈਵ ਕੁਐਸਚਨ ਦੇ ਅਨਸਰ ਦੇਣੇ ਆ ਕੁਐਸਚਨ ਨੰਬਰ 1 ਤੁਹਾਡੇ ਲਈ ਕੰਪਲਸਰੀ ਹੈ ਤੇ ਉਸ ਤੋਂ ਇਲਾਵਾ ਜਿੰਨੇ ਵੀ ਯੂਨਿਟ ਹੈ ਉਹਨਾਂ ਦੇ ਵਿੱਚ 2 2 ਕੁਐਸਚਨ ਆ ਤੇ ਕਿਸੇ ਇੱਕ ਦਾ ਤੁਸੀਂ ਅਨਸਰ ਦੇਣਾ ਹੁੰਦਾ ਹੈ ਇਹ ਸ਼ਾਰਟ ਨੋਟਸ ਹੈ ਫਰਸਟ ਮਾਰਕਸ ਡੋ ਆਈਡ ਕਿਤੇ ਹੋਏ ਨੇ ਤੇ ਸਾਰੇ ਦੇ ਸਾਰੇ ਕਰਨੇ ਤੁਹਾਡੇ ਲਈ ਜ਼ਰੂਰੀ ਨੇ ਨੈਕਸਟ ਆ ਗਿਆ ਜੀ ਤੁਹਾਡਾ ਯੂਨਿਟ ਸੈਕਿੰਡ ਔਰ ਯੂਨਿਟ 1 ਯੂਨਿਟ ਸੈਕਿੰਡ ਯੂਨਿਟ 3rd ਤੇ ਯੂਨਿਟ 4th ਇਹ ਤੁਹਾਡੇ ਲੌਂਗ ਕੁਐਸਚਨ ਹੈ 2 2 ਪੁੱਛੇ ਗਏ ਨੇ ਕਿਸੇ ਇੱਕ ਦਾ ਆਨਸਰ ਦੇਣਾ 9 ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਹੈ ਇੰਦਾ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਸ਼ੇਅਰ ਜ਼ਰੂਰ ਕਰੋ ਜੀ ਆਪਣੇ ਫਰੈਂਡਸ ਦੇ ਨਾਲ ਇਸ ਵੀਡੀਓ ਦਾ ਲਿੰਕ ਨੈਕਸਟ ਆ ਗਿਆ ਜੀ ਤੁਹਾਡਾ care and education of children with special needs care and education of children with special needs ਦਾ ਤੁਹਾਡਾ ਕੁਐਸਚਨ ਪੇਪਰ ਹੈ ਇਹ ਤੁਹਾਡਾ ਐਗਜ਼ਾਮ 90 ਮਾਰਕਸ ਦਾ ਹੁੰਦਾ ਤੇ 3 ਆਵਰਸ ਹੁੰਦੇ ਆ ਤੁਹਾਡੇ ਕੋਲ ਜੋ ਇਹਨਾਂ ਨੇ ਲਿਖਿਆ ਜੀ ਨੋਟ ਇਸ ਸੇਮ ਹੀ ਹੈ ਜੀ 5 ਕੁਐਸਚਨ ਕਰਨੇ ਆ ਕੁਐਸਚਨ ਨੰਬਰ 1 ਕੰਪਲਸਰੀ ਹੈ ਤੇ ਉਸ ਤੋਂ ਇਲਾਵਾ ਜਿੰਨੇ ਯੂਨਿਟ ਹੋਣਗੇ ਉਹਨਾਂ ਦੇ ਵਿੱਚ ਇੱਕ ਉਹ ਕੁਐਸਚਨ ਦਾ ਆਨਸਰ ਤੁਸੀਂ ਦੇਣਾ ਹੁੰਦਾ ਹੈ ਫਰਸਟ ਆ ਗਿਆ ਜੀ ਰਾਈਟ ਸ਼ਾਰਟ ਨੋਟਸ ਔਨ ਦਾ ਫੋਲੋਇੰਗ ਸੋ 6th ਕੁਐਸਚਨ ਐ 6th ਐ 6 ਸੀ ਤੁਹਾਡੇ ਲਈ ਕਰਨੀ ਜ਼ਰੂਰੀ ਐ ਤੇ 3 ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਐ ਤੇ ਟੋਟਲ ਤੁਸੀਂ 18 ਮਾਰਕਸ ਗੇਨ ਕਰ ਸਕਦੇ ਹੋ ਸ਼ਾਰਟ ਕੁਐਸਚਨ ਦੇ ਵਿੱਚੋਂ ਸ਼ਾਰਟ ਨੋਟਸ ਐ ਸਟਾਰਟਿੰਗ ਦੇ ਵਿੱਚ ਨੈਕਸਟ ਆ ਗਿਆ ਜੀ ਤੁਹਾਡਾ ਸ਼ਾਰਟ ਨੋਟਸ ਤੋਂ ਬਾਅਦ ਤੁਹਾਡੇ ਯੂਨਿਟ 1 ਤੇ ਯੂਨਿਟ 2 ਐ ਸਕਰੀਨ ਤੇ ਸ਼ੋ ਹੋ ਰਿਹਾ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ 18 ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਐ ਨੈਕਸਟ ਆ ਗਿਆ ਜੀ ਤੁਹਾਡਾ ਯੂਨਿਟ 3 ਤੇ ਯੂਨਿਟ 4 ਯੂਨਿਟ 3 ਤੇ ਯੂਨਿਟ 4 ਤੁਹਾਨੂੰ ਕੰਪਲੀਟ ਹੀ ਮੈਂ ਸ਼ੋ ਕਰਵਾ ਰਹੀਆਂ ਸਕਰੀਨ ਤੇ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਸੋ ਇਹ ਤੁਹਾਡਾ ਸੀ ਕੁਐਸਚਨ ਪੇਪਰ ਨੈਕਸਟ ਆ ਗਿਆ ਜੀ ਤੁਹਾਡਾ ਕੁਐਸਚਨ ਪੇਪਰ ਜੋ ਮੈਂ ਸ਼ੇਅਰ ਕਰਵਾ ਰਹੀਆਂ ਸਕਰੀਨ ਤੇ ਉਹ ਹੈਗਾ ਜੀ ਪ੍ਰਿੰਸੀਪਲਸ ਆਫ ਡਵੈਲਪਮੈਂਟ ਦਾ ਇਸ ਐਗਜ਼ਾਮ ਦੀ ਗੱਲ ਕਰੀਏ ਤਾਂ 90 ਮਾਰਕਸ ਦਾ ਤੁਹਾਡਾ ਐਗਜ਼ਾਮ ਹੁੰਦਾ ਹੈ ਤੇ 3 ਆਵਰਜ਼ ਹੁੰਦੇ ਆ ਤੁਹਾਡੇ ਕੋਲ ਇਸ ਐਗਜ਼ਾਮ ਨੂੰ ਕੰਪਲੀਟ ਕਰਨ ਦੇ ਲਈ ਪੈਟਰਨ ਸੇਮ ਹੀ ਲਿਖਿਆ ਜੀ ਨੋਟ ਇਹਨਾਂ ਨੇ 5 ਕੁਐਸਚਨ ਕਰਨੇ ਆ ਤੁਸੀਂ ਕੁਐਸਚਨ ਨੰਬਰ 1 ਕੰਪਲਸਰੀ ਹੈ ਦੋਸਤੋ ਲਾਵਾ ਜਿੰਨੇ ਵੀ ਯੂਨਿਟ ਹੁੰਦੇ ਨੇ ਤੁਹਾਡੇ ਉਹਦੇ ਵਿੱਚੋਂ 2 2 ਕੁਐਸਚਨ ਪੁੱਛੇ ਜਾਂਦੇ ਨੇ ਤੇ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੁੰਦਾ ਹੈ ਫਰਸਟ ਆਗੇ ਜੀ ਤੁਹਾਡੇ ਸ਼ਾਰਟ ਕੁਐਸਚਨ ਸ਼ਾਰਟ ਨੋਟਸ ਲਿਖਨੇ ਹੁੰਦੇ ਆ 3 ਹੈ ਤੇ 3 ਦੇ 3 ਕਰਨੇ ਤੁਹਾਡੇ ਲਈ ਜ਼ਰੂਰੀ ਹੈ 6 ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਹੈ ਇਸ ਹੀ ਸ਼ਾਰਟ ਪ੍ਰਿੰਸੀਪਲਸ ਆਫ ਡਵੈਲਪਮੈਂਟ ਤੇ ਆਗੇ ਜੀ ਲੌਂਗ ਕੁਐਸਚਨ ਯੂਨਿਟ 1 ਯੂਨਿਟ 2 ਤੇ ਯੂਨਿਟ 3 ਹੈ ਪ੍ਰਿੰਸੀਪਲਸ ਆਫ ਡਵੈਲਪਮੈਂਟਸ ਕੁਐਸਚਨ ਪੇਪਰ ਦੇ ਯੂਨਿਟ 1 ਯੂਨਿਟ 2 ਤੇ ਯੂਨਿਟ 3 ਹੈ 18 ਮਾਰਕਸ ਦਾ ਤੁਹਾਡਾ ਇੱਕ ਅਨਸਰ ਹੈਗਾ ਜੀ ਨੈਕਸਟ ਆ ਗਿਆ ਜੀ ਤੁਹਾਡਾ ਯੂਨਿਟ 4th ਵੀ ਨਾਲ ਸ਼ੋ ਕਰਵਾ ਰਹੀ ਹਾਂ ਇਹਦੇ ਵਿੱਚ ਵੀ 2 ਕੁਐਸਚਨ ਪੁੱਛੇ ਜਾਂਦੇ ਨੇ ਤੇ ਕਿਸੇ ਇੱਕ ਦਾ ਤੁਸੀਂ ਅਨਸਰ ਦੇਣਾ ਹੈ 18 ਮਾਰਕਸ ਦਾ ਤੁਹਾਡਾ ਇੱਕ ਅਨਸਰ ਹੁੰਦਾ ਹੈ ਨੈਕਸਟ ਆ ਗਿਆ ਜੀ ਤੁਹਾਡਾ ਕੁਐਸਚਨ ਪੇਪਰ ਔਮਨ ਔਮਨ 엠ਪਾਵਰਮੈਂਟ ਦਾ ਇਹ ਤੁਹਾਡਾ ਕੁਐਸਚਨ ਜੋ ਹੈ ਤੁਹਾਡਾ ਐਗਜ਼ਾਮ ਹੁੰਦਾ ਹੈ 45 ਮਾਰਕਸ ਦਾ ਹੁੰਦਾ ਤੇ 3 ਆਵਰਸ ਹੁੰਦੇ ਆ ਨੋਟ ਲਿਖਿਆ ਜੀ ਇਹਨਾਂ ਨੇ ਅਟੈਂਪਟ 5 ਕੁਐਸਚਨਸ ਇਨ ਆਲ ਇਨਕਲੂਡਿੰਗ ਕੁਐਸਚਨ ਨੰਬਰ 1 ਵਿਚ ਇਜ਼ ਕੰਪਲਸਰੀ ਐਂਡ ਸਿਲੈਕਟਿੰਗ 1 ਕੁਐਸਚਨ ਫਰਮ ਈਚ ਯੂਨਿਟ ਫਰਸਟ ਅਗੇ ਜੀ ਤੁਹਾਡੇ ਸ਼ਾਰਟ ਕੁਐਸਚਨ ਰਾਈਟ ਸ਼ਾਰਟ ਨੋਟਸ ਔਨ ਦਾ ਫਾਲੋਇੰਗ 4 ਕੁਐਸਚਨ ਹੈ 4 ਦੇ 4 ਕਰਨੀ ਤੁਹਾਡੇ ਲਈ ਜ਼ਰੂਰੀ ਨੇ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਤੁਸੀਂ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰੋ ਜੀ ਆਪਣੇ ਫਰੈਂਡਸ ਦੇ ਨਾਲ ਇਸ ਵੀਡੀਓ ਦਾ ਲਿੰਕ ਨੈਕਸਟ ਅਗੇ ਜੀ ਤੁਹਾਡੇ ਲੌਂਗ ਕੁਐਸਚਨ ਯੂਨਿਟ 1 ਯੂਨਿਟ 2 ਯੂਨਿਟ 3 ਤੇ ਯੂਨਿਟ 4 ਸਕਰੀਨ ਤੇ ਸ਼ੋ ਕਰ ਰਹੀ ਹਾਂ ਹਰੇਕ ਦੇ ਵਿੱਚ 2 2 ਕੁਐਸਚਨ ਹੈ ਤੇ ਕਿਸੇ ਇੱਕ ਦਾ ਤੁਸੀਂ ਅਨਸਰ ਦੇਣਾ ਹੈ 9 ਮਾਰਕਸ ਦਾ ਤੁਹਾਡਾ ਇੱਕ ਅਨਸਰ ਹੁੰਦਾ ਹੈ ਨੈਕਸਟ ਮੈਥਡ ਨਾਲ ਸ਼ੇਅਰ ਕਰਨ ਜਾ ਰਹੀਆਂ ਜੀ ਨੈਕਸਟ ਕੁਐਸਚਨ ਪੇਪਰ ਹੈਗਾ ਜੀ ਨਿਊਟ੍ਰੀਸ਼ਨਲ ਮੈਨੇਜਮੈਂਟ ਇਨ ਸਪੋਰਟਸ ਐਂਡ ਫਿਟਨੈਸ ਦਾ ਇਹ 45 ਮਾਰਕਸ ਦਾ ਐਗਜ਼ਾਮ ਹੁੰਦਾ ਤੇ 3 ਆਵਰਸ ਹੁੰਦੇ ਆ ਤੁਹਾਡੇ ਕੋਲ ਇਸ ਐਗਜ਼ਾਮ ਨੂੰ ਕੰਪਲੀਟ ਕਰਨਾ ਤੇ ਨੋਟ ਲਿਖਿਆ ਜੀ ਨਾ ਨੇ ਅਟੈਂਪਟ 5 ਕੁਐਸਚਨਸ ਇਨ ਆਨ ਮਸੋ ਹੀ ਸੇਮ ਹੀ ਲਿਖਿਆ ਨੋਟ ਇਹਨਾਂ ਨੇ ਕੁਐਸਚਨ ਨੰਬਰ 1 ਤੁਹਾਡੇ ਲਈ ਕੰਪਲਸਰੀ ਹੈ ਤੇ ਉਸ ਤੋਂ ਇਲਾਵਾ ਜਿੰਨੇ ਯੂਨਿਟ ਹੋਣਗੇ ਉਹਦੇ ਵਿੱਚੋਂ ਤੁਸੀਂ ਇੱਕ ਆਨਸਰ ਲਿਖਣਾ ਹੁੰਦਾ ਇਹਨਾਂ ਨੇ ਜੋ ਸ਼ਾਰਟ ਨੋਟਸ ਲਿਖੇ ਇਹਨਾਂ ਨੇ ਲਿਖਿਆ ਜੀ ਐਕਸਪਲੇਨ ਐਨੀ 3 ਆਫ ਦਾ ਫੋਲਵਿੰਗ ਸੋ 4 ਕੁਐਸਚਨ ਪੁੱਛਿਆ ਤਾਂ ਕਿਸੇ 3 ਐਨੀ 3 ਦਾ ਤੁਸੀਂ ਆਨਸਰ ਦੇਣੇ ਆ 3 ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਹੈ ਇਹ ਸ਼ਾਰਟ ਕੁਐਸਚਨ ਹੈ ਪੇਪਰ 4 ਹੈ ਤੁਹਾਡਾ नैक्सट आ गया जी थ तो यूनिट वन तो यूनिट सैकंड यूनिट थ्री शो हो रहा स्क्रीन पर नाइन मार्क्स का थोड़ा एक आंसर होगा दो है किसी एक का आंसर देना होगा नैक्सट आ गया जी तो एन, आ, था वोमेन एंड न्यूट्रिशनल मैनेजमेंट इन स्पोर्ट्स एंड फिटनेसता है जी ए लौंग क्वेश्चन है नैक्सट आ गया जी यूनिट फोरथ है ਸਕ੍ਰੀਨ ਤੇ ਸ਼ੋ ਕਰਵਾ ਲਈ ਜੀ ਮੈਂ ਤੁਹਾਨੂੰ ਯੂਨਿਟ 4 ਇਹਦਾ ਵੀ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋ ਨੈਕਸਟ ਆਪਾਂ ਕੁਐਸਚਨ ਪੇਪਰ ਦੀ ਗੱਲ ਕਰਦੇ ਹਾਂ ਜੀ ਇਹ ਹੈਗਾ ਜੀ ਤੁਹਾਡਾ ਹਿਸਟੋਰੀ ਹਿਸਟੋਰੀਕਸ ਕਸਟਿਊਮਸ ਸੋ ਇਹ ਵਾਲਾ ਕੁਐਸਚਨ ਪੇਪਰ ਹੈ ਜੀ ਇਹ ਤੁਹਾਡਾ ਐਗਜ਼ਾਮ 65 ਮਾਰਕਸ ਦਾ ਹੁੰਦਾ ਹੈ ਤੇ 3 ਆਵਰ ਹੁੰਦੇ ਆ ਤੁਹਾਡੇ ਕੋਲ ਇਸ ਐਗਜ਼ਾਮ ਨੂੰ ਕੰਪਲੀਟ ਕਰਨ ਦੇ ਲਈ ਨੋਟੇ ਨੇ ਲਿਖਿਆ ਜੀ ਅਟੈਂਪਟ 5 ਕੁਐਸਚਨਜ਼ ਇਨ অল ਇਨਕਲੂਡਿੰਗ ਕੁਐਸਚਨ ਨੰਬਰ 1 ਵਿਚ ਇਜ਼ ਕੰਪਲਸਰੀ ਐਂਡ ਸਿਲੈਕਟਿੰਗ 1 ਕੁਐਸਚਨ ਫਰੋਮ ਈਚ ਯੂਨਿਟ ਸੋ ਫਸਟ ਹੈਗੇ ਜੀ ਤੁਹਾਡੇ ਅਨਸਰ ਦਾ ਫਾਲੋਇੰਗ ਕੁਐਸਚਨ ਨੰਬਰ 1 ਨੇ ਕੰਪਲਸਰੀ ਹੈ 4 ਕੁਐਸਚਨ ਹੈ 4 ਦੇ 4 ਹੀ ਕਰਨੇ ਤੁਹਾਡੇ ਲਈ ਜ਼ਰੂਰੀ ਨੇ ਹਿਸਟੋਰੀਕਸ ਕਸਟਿਊਮ ਕਸਟਿਊਮਸ ਸੋ ਇਹ ਕੁਐਸਚਨ ਨੰਬਰ 1 ਨੇ ਜੀ ਨੈਕਸਟ ਆ ਗਿਆ ਜੀ ਤੁਹਾਡਾ ਤੁਹਾਡੇ ਲੌਂਗ ਕੁਐਸਚਨ ਯੂਨਿਟ 1 ਯੂਨਿਟ 2 ਤੇ ਯੂਨਿਟ 3 ਮੈਂ ਸਕਰੀਨ ਤੇ ਸ਼ੋਅ ਕਰਵਾ ਰਹੀ ਆ ਟੂ ਟੂ ਕੁਐਸਚਨ ਤੁਹਾਨੂੰ ਪੁੱਛੇ ਗਏ ਨੇ ਤੇ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੁੰਦਾ ਹੈ 13 ਨੰਬਰਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਹੈ ਯੂਨਿਟ 1 ਯੂਨਿਟ 2 ਤੇ ਯੂਨਿਟ 3 13 ਮਾਰਕਸ ਦਾ ਇੱਕ ਆਨਸਰ ਹੋਵੇਗਾ ਇਸੇ ਗੱਜ ਜੀ ਤੁਹਾਡੇ ਤਿੰਨ ਯੂਨਿਟ ਨੈਕਸਟ ਹੈਗਾ ਜੀ ਤੁਹਾਡਾ ਯੂਨਿਟ ਯੂਨਿਟ 4 ਯੂਨਿਟ 4 ਤੁਹਾਨੂੰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇੰਦੇ ਵਿੱਚ 2 ਕੁਐਸਚਨ ਆਤੇ ਕਿਸੀ ਇੱਕ ਦਾ ਤੁਸੀਂ ਅਨਸਰ ਦੇਣਾ ਹੈ 13 ਮਾਰਕਸ ਦਾ ਤੁਹਾਡਾ ਇੱਕ ਅਨਸਰ ਹੁੰਦਾ ਹੈ ਸੋ ਇਹ ਸੀਗੇ ਜੀ ਤੁਹਾਡੇ ਕੰਪਲੀਟ ਕੁਐਸਚਨ ਪੇਪਰ ਜੇਕਰ ਫਿਰ ਵੀ ਤੁਹਾਨੂੰ ਕੋਈ ਕੁਐਸਚਨ ਪੇਪਰ ਨਹੀਂ ਮਿਲ ਰਿਹਾ ਤਾਂ ਮੈਨੂੰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਮੈਂ ਜ਼ਰੂਰ ਤੁਹਾਨੂੰ ਕੁਐਸਚਨ ਪੇਪਰ ਪ੍ਰੋਵਾਈਡ ਕਰਵਾਵਾਂਗੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪਸ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਵੀ ਜਰੂਰ ਪ੍ਰੈਸ ਕਰੋ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ